ਦੇਖੋ ਜੀ ਇਹ ਪਲਾਟ ਹੈ ਜੀ ਉਹ ਅਗਲਾ ਪਲਾਟ ਹੈ ਜੀ ਉਹ ਹੈ ਨੂੰ ਜੀ ਉਹ ਅੱਗੇ ਦੇਖੋ ਜੀ ਸਾਡੀ ਜਿੰਨਾ ਵੀ ਹੈ ਨਾ ਜੇ ਇਹ ਇਹ ਆਪਾਂ ਬਾਤਤੀ ਹੈ ਜੀ ਠੀਕ ਹੈ ਜੀ ਅੱਲਾ ਕਿਸੇ ਹੋਰ ਪਾਸੇ ਦੇ ਦੇ ਠੀਕ ਹੈ ਜੀ ਪਾਣੀ ਦਾ ਕੋਈ ਇਸ਼ੂ ਨਹੀਂ ਸੀ ਇੱਥੇ ਬੀ ਦਾ ਕੋਈ ਇਸ਼ੂ ਨਹੀਂ ਸੀਗਾ 15 ਸੀ ਤੋਂ 9 ਬੀ ਲੱਗਾ ਸੀ ਠੀਕ ਹੈ ਕੋਈ ਹਾਈਬ੍ਰਿਡ ਵੀ ਨਹੀਂ ਲੱਗਾ ਸੀ ਹਲੇ ਲੱਗੇ ਨੇ ਵੀ ਇਹਨੂੰ ਤਕਰੀਬਨ 20 25 ਦਿਨ ਹੀ ਹੋਏ ਸੀ ਸਾਡੀ ਕਦੇ ਲਈ ਜਾਵੇ ਸਾਡੇ ਮਤਲਬਾ ਸੁਨੇ ਜਾਣ ਕਿ ਮਤਲਬਾ ਤਾਂ ਇਦਾਂ ਵਾਂ ਅਸੀਂ ਚਾਹੁੰਦੇ ਹਾਂ ਕਿ ਗਰੀਬ ਆਵਾਮ ਨੂੰ ਸਿਰਫ 1000 ਰੁਪਏ ਮਾਨ ਗੰਦਮ ਮਿਲੇ ਹੂੰ ਗਰੀਬ ਬੰਦੇ ਨੂੰ 1000 ਨੂੰ ਮਿਲੇ ਅਸੀਂ ਚਾਹੁੰਦੇ ਆ ਇਹਨਾਂ ਨੂੰ ਮਿਲੇ ਹਾਂ ਅਸੀਂ ਚਾਹੁੰਦੇ ਆ ਕਿ ਚਾਵਲ ਜਿਹੜਾ ਹੈਗਾ ਵਾ ਇਹ ਆਵਾਮ ਨੂੰ 50 ਰੁਪਏ ਕਿਲੋ ਮਿਲਣ ਹਮ ਕਿਸਾਨ ਇਹ ਚਾਹੁੰਦਾ ਵਾ ਲੇਕਿਨ ਕਿਸਾਨ ਚਾਹਵੇ ਤੇ ਇਸ ਵਾਸਤੇ ਕਿ ਅਗਰ ਕਿਸਾਨ ਨੂੰ ਵੀ ਸਸਤੀਆਂ ਚੀਜ਼ਾਂ ਲੱਭਣ ਬਿਲਕੁਲ ਅਗਰ ਕਿਸਾਨ ਨੂੰ ਘਰ ਹੀ ਚਾਵਲ ਜਿਹੜਾ ਹੈਗਾ ਵਾ ਉਹ 300 ਰੁਪਏ ਪੈ ਰਿਆ ਵਾ ਤੇ ਕਿਸਾਨ ਕਿੱਦਾਂ 50 ਰੁਪਏ ਦਾ ਦੇ ਦੇਦਾ ਵਾ ਹਰ ਚੀਜ਼ ਦਾ ਰੇਟ ਹੁੰਦਾ ਵਾ ਸਾਡੀ ਫਸਲ ਅਸੀਂ ਅਗਾ ਕੇ 6 ਮਹੀਨੇ ਮਿਹਨਤ ਕਰਕੇ ਤੇ ਅਸੀਂ ਉੱਤੇ ਜਾ ਕੇ ਇਦਾਂ ਬੈਠੇ ਹੁੰਦੇ ਬਾਹਾਂ ਕਸ਼ਟ ਦੇਖ ਇਦਾਂ ਖੜੇ ਹੁੰਦੇ ਬੋਲੀ ਲੱਗਦੀ ਗੰਦਮ ਦਾ ਕੋਈ ਦੇਰ ਨਹੀਂ ਰਿਹਾ ਉਸ ਤੋਂ ਬਾਅਦ ਵਿੱਚ ਲੋਕਾਂ ਨੇ ਆਪ ਦੇ ਤੇਲ ਵਾਏ ਹੂੰ ਤੇਲ ਵਾਏ ਜੀ ਜੀ ਉਸ ਤੋਂ ਬਾਅਦ ਲੋਕਾਂ ਨੇ ਕਈਆਂ ਦੇ ਨਰਮੇ ਆਪ ਦੇ ਬਾਤ ਤੇ ਜੀ ਜੀ ਨਰਮਿਆਂ ਤੋਂ ਬਾਅਦ ਵਿੱਚ ਲੋਕਾਂ ਨੇ ਆਪ ਦੀਆਂ ਕਈਆਂ ਥਾਵਾਂ ਦੇ ਮੱਖੀਆਂ ਵੀ ਬਗੀਆਂ ਮੱਖੀਆਂ ਵੀ ਬਾਤ ਠੀਕ ਹੋ ਗਿਆ ਜੀ ਕਿਸੇ ਫਸਲ ਦਾ ਇਸ ਟਾਈਮ ਦੇਰ ਨਹੀਂ ਹੈਗਾ ਬਿਲਕੁਲ ਠੀਕ ਹੈ ਜੀ ਜ਼ਿਮੀਦਾਰ ਨੂੰ ਤੁਸੀਂ ਦੇਖੋ ਵੀ ਪਿਛਲੇ ਸਾਲ ਅਗਾ ਝੋਨਾ 4500 ਤੋਂ ਸੀਗਾ ਐਤਕੀ ਉਹੀ ਦੇਰ ਜਿਹੜਾ ਹੈਗਾ ਉਹ ਸਾਨੂੰ 1600 1700 ਤੋਂ ਮਿਲਣ ਰਿਹਾ ਹੋਇਆ ਜੀ ਜੀ ਠੀਕ ਹੈ ਜੀ ਖਾਦ ਦੀ ਬੋਦੀ ਜਿਹੜੀ ਹੈ ਉਹ ਡਬਲ ਤੋਂ ਡਬਲ ਹੋ ਗਈ ਹੈ ਉੱਪਰ ਹੋ ਗਈ ਹੈ ਯਾਨੀ ਕਿ ਪ ਕਿ ਜਿਹੜੀ ਥੱਲੇ ਆਈ ਹੋਏਗੀ ਹਰ ਚੀਜ਼ ਉੱਪਰ ਗਈ ਹੈ ਕਿਸਾਨਾਂ ਦੀ ਜਿਹੜੀ ਆ ਉਹ ਨੀਚੇ ਗਈ ਹੈ ਫਸਲ ਫਸਲ ਨੀਚੇ ਠੀਕ ਹੈ ਜੀ ਉਹ ਸਾਨੂੰ ਇਸ ਗੱਲ ਦੀ ਸਮਝ ਨਹੀਂ ਆਈ ਵੀ ਕਿਸਾਨਾਂ ਦੀ ਫਸਲ ਥੱਲੇ ਕਰਕੇ ਚਲੋ ਫਿਰ ਕਿਸਾਨਾਂ ਨੂੰ ਵੀ ਤੇ ਉਹਦੀ ਸਸਤੀਆਂ ਦੇ ਮੱਕੀ ਦੇ ਦੇਖ ਲਓ ਤੁਸੀਂ ਚਾਵਲ ਦੀ ਫਸਲ ਤੁਸੀਂ ਦੇਖ ਲਓ ਕਿ ਸਾਡੀਆਂ ਹਰ ਚੀਜ਼ ਥੱਲੇ ਆ ਰਹੀ ਹੈ ਤੇ ਫਿਰ ਤੁਸੀਂ ਸਾਨੂੰ ਖਾਦ ਵੀ ਦਵਾਈਆਂ ਵੀ ਸਸਤੀਆਂ ਦਿਓ ਔਰ ਮੈਂ ਅੱਜ ਇੱਕ ਗਵਾਹਜਤ ਹੋਤੇ ਇੱਕ ਗੱਲ ਦੱਸਦਾ ਚਾਹਾਂ ਕਿ ਜਿੰਨੀਆਂ ਵੀ ਸੀਡ ਬਣਾਉਣ ਵਾਲੀਆਂ ਕੰਪਨੀਆਂ ਵਾ ਜਿੰਨੀਆਂ ਵੀ ਆ ਮੈਡੀਸਨ ਦਵਾਈ ਬਣਾਉਣ ਵਾਲੀਆਂ ਸਪਰੇ ਬਣਾਉਣ ਵਾਲੀਆਂ ਕੰਪਨੀਆਂ ਆ ਇਹ ਕਿਸਾਨਾਂ ਦਾ ਸਾਥ ਦੇਣਗੇ ਤੇ ਇਹ ਵੀ ਬਚਣਗੇ ਵਰਨਾ ਇਹ ਵੀ ਨਹੀਂ ਬਚਣਗੇ ਮਹੀਨਾ ਹੀ ਹੋਇਆ ਵਾ ਅੱਛਾ ਇਹ ਦੇਖ ਸਕਦੇ 40 ਏਕੜ ਦਾ ਪਲਾਟ ਪੂਰਾ ਹੂੰ ਇਹ ਆਪਾਂ ਬਾਤ ਆ ਜੀ ਠੀਕ ਹੈ ਜੀ ਦੇਖੋ ਜੀ ਰੇਟ ਦਾ ਕੋਈ ਨਹੀਂ ਹੈਗਾ ਜੀ 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 ਠੀਕ ਹੈ ਜੀ ਇਹਦੇ ਉੱਪਰ ਹੁਣ ਉਹਨਾਂ ਹੀ ਖर्चा ਹੋ ਜਾਣਾ ਵਾ ਜੀ ਹੂੰ ਠੀਕ ਹੈ ਜੀ ਜਿੰਨਾ ਆਪਾਂ ਸਮਝ ਲੈਦੇ ਉੱਤੇ ਪੈਸੇ ਲਾਉਣੇ ਆ ਹੂੰ ਠੀਕ ਹੈ ਜੀ ਫਿਰ ਅਗਲੀ ਫਸਲ ਜਿਹੜੀ ਆਲੂਆਂ ਦੀ ਉਹ ਵੀ 延迟 ਹੋਏਗੀ ਅਗਲੀ ਮੱਕੀ ਦੀ ਵੀ 延迟 ਹੋਏਗੀ ਜੀ ਜੀ ਸੋਚਿਆ ਵੀ ਇਨੂੰ ਜ਼ਾਇਆ ਕਰ ਦਿੰਦੇ ਇੱਥੇ ਤੇ ਅਗਲੀ ਫਸਲ ਦੀ ਜਿਹੜੀ ਹੈ ਉਹ ਤਿਆਰੀ ਕਰ ਦਿੰਦੇ ਆਂ ਅੱਲਾਹ ਤਾਲਾ ਉਸ ਤੋਂ ਦੇ ਦੇਗਾ ਕੁਝ ਠੀਕ ਹੈ ਜੀ ਇਹਦੇ ਵਿੱਚੋਂ ਤਾਂ ਤੁਸੀਂ ਦੇਖੋ ਵੀ ਗੰਧਮ ਦਾ ਕੋਈ ਡੇਟ ਨਹੀਂ ਰਿਹਾ ਜੀ ਜੀ ਗੰਧਮ ਦਾ ਕੋਈ ਡੇਟ ਨਹੀਂ ਰਿਹਾ ਉਸ ਤੋਂ ਬਾਅਦ ਵਿੱਚ ਲੋਕਾਂ ਨੇ ਆਪਦੇ ਤੇਲ ਵਾਏ ਹੂੰ ਤੇਲ ਵਾਏ ਜੀ ਜੀ ਉਸ ਤੋਂ ਬਾਅਦ ਲੋਕਾਂ ਨੇ ਕਈਆਂ ਦੇ ਨਰਮੇ ਆਪਦੇ ਬਾਤੇ ਜੀ ਜੀ ਨਰਮਿਆਂ ਤੋਂ ਬਾਅਦ ਵਿੱਚ ਲੋਕਾਂ ਨੇ ਆਪਦੀਆਂ ਕਈਆਂ ਥਾਵਾਂ ਦੇ ਮੱਖੀਆਂ ਵੀ ਬਗੀਆਂ ਮੱਖੀਆਂ ਵੀ ਬਾਤ ਠੀਕ ਹੋ ਗਿਆ ਜੀ ਕਿਸੇ ਫਸਲ ਦਾ ਇਸ ਟਾਈਮ ਡੇਟ ਨਹੀਂ ਹੈਗਾ ਬਿਲਕੁਲ ਠੀਕ ਹੈ ਜੀ ਜ਼ਿਮੀਦਾਰ ਨੂੰ ਤੁਸੀਂ ਦੇਖੋ ਵੀ ਪਿਛਲੇ ਸਾਲ ਅਗਾ ਚੋਨਾ 450 ਅੱਜ ਕੀ ਉਹ ਹੀ ਦੇਰ ਜਿਹੜਾ ਹੈਗਾ ਉਹ ਸਾਨੂੰ 1600 1700 ਨੂੰ ਮਿਲਣ ਡਿਆ ਹੋਇਆ ਠੀਕ ਹੈ ਜੀ ਖਾਦ ਦੀ ਬੋਦੀ ਜਿਹੜੀ ਹੈ ਉਹ ਡਬਲ ਤੋਂ ਡਬਲ ਹੋ ਗਈ ਹੈ ਉੱਪਰ ਹੋ ਗਈ ਹੈ ਯਾਨੀ ਕਿ ਪਾਕਿਸਤਾਨ 'ਚ ਕੋਈ ਐਸੀ ਚੀਜ਼ ਨਹੀਂ ਹੈਗੀ ਕਿ ਜਿਹੜੀ ਥੱਲੇ ਆਈ ਹੋਏਗੀ ਹਰ ਚੀਜ਼ ਉੱਪਰ ਗਈ ਹੈ ਕਿਸਾਨਾਂ ਦੀ ਜਿਹੜੀ ਹੈ ਉਹ ਨੀਚੇ ਗਈ ਹੈ ਫਸਲ ਫਸਲ ਨੀਚੇ ਠੀਕ ਹੈ ਜੀ ਉਹ ਸਾਨੂੰ ਇਸ ਗੱਲ ਦੀ ਸਮਝ ਨਹੀਂ ਆਈ ਕਿ ਕਿਸਾਨਾਂ ਦੀ ਫਸਲ ਥੱਲੇ ਕਰਕੇ ਚਲੋ ਫਿਰ ਕਿਸਾਨਾਂ ਨੂੰ ਵੀ ਉਹਦੀ ਸਸਤੀਆਂ ਚੀਜ਼ਾਂ ਲੱਭਣ ਹਨਾ ਹਾਂ ਜੀ ਹਮਸਾਇਆ ਮੁਲਕ ਤੁਸੀਂ ਦੇਖ ਲਓ ਉਹਨਾਂ ਦੇ ਡੀਜ਼ਲ ਸਸਤੇ ਠੀਕ ਹੈ ਜੀ ਉਹਦੀ ਬਿਜਲੀ ਫਰੀ ਉਹਨਾਂ ਦੀ ਠੀਕ ਹੈ ਜੀ ਨਹਿਰੀ ਪਾਣੀ ਉਹਨਾਂ ਦਾ ਫਰੀ ਉਹਨਾਂ ਦਾ ਖਾਦ ਉਹਨਾਂ ਦੀ ਸਸਤੀ ਦਵਾਈਆਂ ਉਹਨਾਂ ਦੀ ਸਪਰੇਮਾਂ ਸਸਤੀਆਂ ਸਾਡੇ ਹਰ ਪਾਸੇ ਜਿਹੜਾ ਹੈਗਾ ਨਾ ਉਹ ਟੋਕਾ ਲੈ ਕੇ ਬੈਠੇ ਆ ਕਿ ਜ਼ਿਮੀਂਦਾਰ ਨੂੰ ਲੁੱਟ ਲਓ ਠੀਕ ਹੈ ਜੀ ਇਹ ਜ਼ਿਮੀਂਦਾਰ ਕੀ ਕਰ ਰਿਹਾ ਹੈਗਾ ਕੀ ਨਹੀਂ ਕਰ ਰਿਹਾ ਮੈਂ ਅੱਜ ਤੁਹਾਨੂੰ ਦੱਸਦਾ ਚੱਲਾਂ ਕਿ ਅਸੀਂ ਬੈਠੇ ਆ ਸਾਈਵਾਲ ਦੇ ਏਰੀਆ ਦੇ ਵਿੱਚ ਸਾਈਵਾਲ ਪਾਕਪਤਨ ਆਰਵ ਵਾਲਾ ਠੀਕ ਹੈ ਜੀ ਚੀਚਾਵਤ ਨਹੀਂ ਹੋ ਗਿਆ ਉਕਾੜਾ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਆਲੂ ਦੀ ਫਸਲ ਲੱਗਦੀ ਹੈ ਆਲੂ ਦਾ ਕੁਝ ਰੇਟ ਬਿਹਤਰ ਸੀਗਾ ਤੇ ਅਸੀਂ ਹਲੇ ਜ਼ਿੰਮੇਦਾਰ ਜਿਹੜੇ ਇਸ ਇਲਾਕਿਆਂ ਦੇ ਉਹ ਕੁਝ ਤੁਰੇ ਫਿਰਦੇ ਆ ਜਿਹੜਾ ਇਲਾਕਿਆਂ ਦੇ ਵਿੱਚ ਗੰਧਮ ਹੁੰਦੀ ਸੀਗੀ ਜਾਂ ਚਾਵਲ ਦੀ ਫਸਲ ਹੁੰਦੀ ਸੀਗੀ ਉਹ ਬਿਲਕੁਲ ਡਾਊਨ ਹੋ ਗਿਆ ਇਲਾਕੇ ਸਾਰੇ ਠੀਕ ਹੈ ਜੀ ਔਰ ਮੈਂ ਇਹ ਵੀ ਦੱਸਦਾ ਚੱਲਾਂ ਕਿ ਇਹਨਾਂ ਇਲਾਕਿਆਂ ਦਾ ਜਿਹੜਾ ਮੈਂ ਨਾ ਲਿਆ ਨਾ ਤੁਹਾਡੇ ਕੋ ਇਹ ਇਲਾਕੇ ਕਦੀ ਵੀ ਬਾਹਰ ਰੋੜਦੇ ਉਤਨੀ ਨਿਕਲਦੇ ਹੂੰ ਵੀ ਅਸੀਂ ਕਹੀਏ ਨਾ ਵੀ ਜ਼ਿੰਮੇਵਾਰ ਇਕੱਠੇ ਹੋ ਕੇ ਨਿਕਲੋ ਗਲਤੀ ਵੀ ਹੈ ਨਾ ਇਹਨਾਂ ਦੇ ਆਲੂ ਜਿਹੜੇ ਉਹ ਵਿਕ ਜਾਂਦੇ ਆ ਵੇਕ ਜਾਂਦੇ ਆ ਉਹਦੀ ਵਜ੍ਹਾ ਤੋਂ ਇਹ ਥੋੜਾ ਜਿਹਾ ਆਸਰਾ ਪਟ ਜਾਂਦੇ ਆ ਬਾਕੀ ਜਿਹੜੇ ਤੁਸੀਂ ਉਹਦਾ ਹੱਲ ਹੋਰਾਂ ਚਾਹਵਾ ਤਾਂ ਤੁਸੀਂ ਜਾ ਕੇ ਦੇਖੋ ਇਹ ਹਾਲਾਤ ਨਹੀਂ ਹੈਗੇ ਸਾਡੇ ਜਿਹੜੀਆਂ ਇਹ ਤਨਜ਼ੀਮਾਂ ਬਣਾਈਆਂ ਗਈਆਂ ਨਾ ਇੱਕ ਕਿਸਾਨੀ ਇਤਿਹਾਦ ਹੋ ਗਿਆ ਅੱਗੇ ਪਿੱਛੇ ਹੋਰ ਆ ਗਈਆਂ ਮੈਂ ਟੋਟਲ ਸਾਰੇ ਨਹੀਂ ਕਹਾਂਗਾ ਬਹੁਤ سارے ਬਿਹਤਰ ਵਾਂ ਸਾਡੇ ਜਿਹੜੀ ਯੂਨੀਅਨ ਬਣੀ ਹੈ ਇੱਥੇ ਕਿਸਾਨੀ ਇਤਹਾਦ ਦੀ ਉਹਦੇ ਵਿੱਚ ਮਾਸ਼ਾਅੱਲਾ ਬਹੁਤ ਅੱਛੇ ਅੱਛੇ ਲੋਕ ਆ ਉਹਦੇ ਵਿੱਚ ਬੈਠੇ ਆ ਮਾਲੇ ਲੋਕ ਨਹੀਂ ਬੈਠੇ ਉਹਦੇ ਵਿੱਚ ਵੀ ਜੀ ਜੀ ਕੀ ਹੈ ਸਾਡਾ ਜ਼ਿਮੀਦਾਰ ਨਹੀਂ ਨਿਕਲਦਾ ਜ਼ਿਮੀਦਾਰ ਨਹੀਂ ਨਿਕਲਦਾ ਤੁਸੀਂ ਅਸੀਂ ਇਸਲਾਮਾਬਾਦ ਹੀ ਗਏ ਆ ਮੈਂ ਖੁਦ ਇਸਲਾਮਾਬਾਦ ਗਿਆ ਉਥੇ ਠੀਕ ਹੈ ਜੀ ਜਦੋਂ ਉਥੇ ਤੁਹਾਨੂੰ ਦਿੱਤਾ ਹੋਆ ਜੀ ਅੱਛਾ ਜੀ ਬਕਾਇਦਾ ਵੀਡੀਓ ਆਪਣੇ YouTube ਚੈਨਲ ਤੇ ਵੀ ਲਗੀਆਂ ਉਹਦੀਆਂ ਕਿ ਅਸੀਂ ਉਥੇ ਮੌਜੂਦ ਉਥੇ ਗਏ ਆ ਮੈਂ ਗਿਆ ਚੌਰੀ ਅਜ਼ੀਮ ਸਾਹਿਬ ਵੀ ਗਏ ਆ ਹਾਂਜੀ ਅਸੀਂ ਉਥੇ ਗਏ ਆ ਜੀ ਉਥੇ ਅਸੀਂ ਦੇਖਿਆ ਜੀ ਕਿ ਲੋਕ ਬਾਹਰੋਂ ਆਏ ਹੋਏ ਆ ਅੱਛਾ ਔਰ ਕਈਆਂ ਲੋਕਾਂ ਦੇ ਕੋਲ ਮੈਂ ਦਾਅਵੇ ਨਾ ਕਹਿੰਦਾ ਉਥੋਂ ਕਈਆਂ ਲੋਕਾਂ ਦੇ ਕੋਲੋਂ ਪੁੱਛਿਆ ਹਾਂਜੀ ਜੀ ਚਾਚਾ ਜੀ ਤੁਸੀਂ ਕਿੱਥੋਂ ਆਏ ਜੀ ਮੈਂ ਭਾਵਲ ਨਗਰੋਂ ਆਇਆ ਜੀ ਮੈਂ ਹਰੋ ਇਹ ਆਪ ਦੇ ਅੱਖਾਂ ਨਾਲ ਉਥੋਂ ਲਫਸ ਹਿਆੜੀ ਦੇ ਕੌਣ ਲੈ ਗਿਆ ਕਿਸਾਨ ਹੀ ਥਾਦ ਵਾਲੇ ਕਿਸਾਨ ਹੀ ਥਾਦ ਵਾਲੇ ਨਹੀਂ ਹੂੰ ਜਿਹੜੇ ਅਸੀਂ ਨਮਾਇੰਦਿਆਂ ਨੂੰ ਚੁੱਕ ਕੇ ਉੱਤੇ ਬਿਠਾਰੀਦਾ ਹਨਾ ਹਾਂਜੀ ਹਾਂਜੀ ਉਹ ਨਮਾਇੰਦੇ ਜਿਹੜੇ ਹੈਗੇ ਆ ਉਹਨਾਂ ਨੂੰ ਤਾਂ ਹੁੰਦੀ ਆਪਦੀ ਵੀ ਆਪਦੀਆਂ ਮਨਾਉਣੇ ਉੱਥੇ ਮੁਤਾਲਬਾ ਗਵਰਨਮੈਂਟ ਦੇ ਅੱਗੇ ਸ਼ੋਅ ਕਰਾਉਣਾ ਕਿ ਅਸੀਂ ਖੜੇ ਆ ਸਾਡੇ ਪਿੱਛੇ ਬਹੁਤ ਆਵਾਮ ਆ ਉਹ ਤਾਂ ਆਪਦੇ ਮੁਤਾਲਬਾ ਮਨਾਉਂਦੇ ਆ ਹਾਂ ਜ਼ਿੰਮੇਦਾਰਤਾ ਕੌਣ ਹੁੰਦਾ ਜੀ ਕਿੱਥੇ ਕਿੰਨੇ ਹੋਏ ਆ ਬਿੱਲਾਂ ਦੇ ਵਿਹਾਲੀ ਦੇਖ ਲਓ ਤੁਸੀਂ ਐ ਆਪਣਾ ਹੋਰ ਗੱਲ ਇਲਾਕਿਆਂ 'ਚ ਤੁਸੀਂ ਦੇਖ ਲਓ ਲੋਹੜਾਂ 'ਚ ਦੇਖ ਲਓ ਕਈਆਂ ਥਾਵਾਂ 'ਤੇ ਤੁਸੀਂ ਦੇਖ ਲਓ ਲੋਕਾਂ ਨੇ ਕੀਤੇ ਉੱਥੇ ਉਹ ਜਿਹਦਾ ਸਰਬਦਾ ਹੁੰਦਾ ਉਹ ਕਹਿੰਦਾ ਆਪਣੀ ਮੀਟਿੰਗ ਹੋ ਗਈ ਜੀ ਆਪਣੀ ਉਹ ਜੀ ਤੈ ਹੋ ਗਿਆ ਜੀ ਬਸ ਜੀ ਹੁਣ ਆਪਣਾ ਠੀਕ ਹੋ ਜਾਏਗਾ ਤਾਂ ਵੀ ਲੇਕਿਨ ਉਹ ਠੀਕ ਕਿੱਥੋਂ ਹੁੰਦਾ ਹੂੰ ਠੀਕ ਹੋ ਗਿਆ ਜੀ ਉਹ ਠੀਕ ਨਹੀਂ ਹੁੰਦਾ ਕੰਮ ਉਹ ਸਾਰੇ ਗਲਤ ਹੋ ਜਾਂਦਾ ਵਾ ਲੱਗਦਾ ਮੈਂ ਤੇ ਇਹੀ ਵਾਰ-ਵਾਰ ਦੋਸਤਾਂ ਨੂੰ ਕਹਿੰਦਾ ਵਾ ਇਹ ਕੁਛ ਨਾ ਕੁਛ ਕਰਨਾ ਪਏਗਾ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਇਸ ਨਾਲੋਂ ਵੀ ਜ਼ਿਆਦਾ ਜ਼ਲੀਲ ਖਵਾਰ ਹੋਵੋਗੇ ਹੂੰ ਠੀਕ ਹੈ ਜੀ ਕਈ ਲੋਕ ਜਿਹੜੇ ਹੈਗੇ ਆ ਉਹ ਕਹਿੰਦੇ ਜੀ ਇਹ ਕੀ ਕਰ ਜਿੰਨਾ ਚੇ ਤੁਸੀਂ ਆਪਣੇ ਆ ਮੈਂ ਕੱਲ ਵੀ ਇੱਕ ਉਹਦਨ ਵੀ ਵੀਡੀਓ ਲਈ ਸੀ ਮੈਂ ਉੱਚ ਵੀ ਇਹ ਚੀਜ਼ ਸ਼ੋਅ ਕੀਤੀ ਸੀਗੀ ਅਕੀ ਜੀ ਮੈਂ ਇਹ ਗੱਲ ਕਰਾਂਗਾ ਜੀ ਜੇ ਇਸ ਤਰ੍ਹਾਂ ਕਿ ਕਿਸਾਨ ਨੂੰ ਹਿਲਣਾ ਜੁਲਣਾ ਚਾਹੀਦਾ ਵਾ ਜੀ ਜੀ ਕੁਛ ਨਾ ਕੁਛ ਆਪਣੇ ਖਾਤਰ ਆਪਣੇ ਬੱਚਿਆਂ ਦੀ ਖਾਤਰ ਨਿਕਲਣਾ ਚਾਹੀਦਾ ਵਾ ਨਿਕਲਣਾ ਪੈਣਾ ਠੀਕ ਹੈ ਜੀ ਇਨਸ਼ਾ ਅੱਲਾਹ ਤਾਲਾ ਇਹਦੇ ਵਿੱਚ ਜਿਹੜੀ ਸਪੋਰਟ ਹੋਏਗੀ ਕਿਉਂਕਿ ਸਾਡੇ ਜਿੰਨੇ ਵੀ ਹੈ ਨਾ ਜੀ ਆਪਣੇ ਇਹ ਚੈਨਲ ਜਿੰਨੇ ਵੀ ਹੈ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਦੇ ਜਿੰਨੇ ਵੀ ਹੈ ਕਿਉਂਕਿ ਇਹਨਾਂ ਨੂੰ ਨਹੀਂ ਇਹ ਕਿਸਾਨ ਦੇ ਬੱਚੇ ਨਹੀਂ ਕੋਈ ਗੱਲ ਕਰਦੇ ਇਹਨਾਂ ਨੂੰ ਪਤਾ ਲੱਗ ਜਾਂਦਾ ਕਿ ਫਲਾਣੇ ਵਾਲਾ ਬੱਚਾ ਹੋ ਗਿਆ ਜੀ ਫਲਾਣੇ ਵਾਲਾ ਮੁੰਡਾ ਹੋ ਗਿਆ ਤੇ ਫਲਾਣੇ ਵਾਲਾ ਕੁੜੀ ਹੋ ਗਈ ਜੀ ਤੇ ਫਲਾਣੀ ਨੂੰ ਆਹ ਹੋ ਗਿਆ ਜੀ ਇਹਨਾਂ ਨੂੰ ਉਸ ਚੀਜ਼ ਦਾ ਪਤਾ ਵਾ ਇਨਸ਼ਾਅੱਲਾ ਤਾਲਾ ਪਾਕਿਸਤਾਨ ਦੇ ਵਿੱਚ ਜਿੰਨੇ ਵੀ ਯੂਟਿਊਬਰ ਜਿਹੜੇ ਕਿਸਾਨਾਂ ਦੇ ਨਾਲ ਹੈ ਯਾਨੀ ਕਿ ਕਿਸਾਨ ਦੇ ਉੱਪਰ ਵੀਡੀਓ ਬਣਾਉਂਦੇ ਆ ਠੀਕ ਹੈ ਜੀ ਕੋਈ ਹਜ਼ਾਰਾਂ ਦੇ ਉੱਪਰ ਬਣਾ ਰਿਹਾ ਕੋਈ ਕਿਸੇ ਦੇ ਬਣਾ ਰਿਹਾ ਆਵਾਮ ਇਨਸ਼ਾਅੱਲਾ ਤਾਲਾ ਜਦੋਂ ਬਾਹਰ ਨਿਕਲੇਗੀ ਇਨਸ਼ਾਅੱਲਾਹ ਤਾਲਾ ਸਾਰੇ ਯੂਟਿਊਬਰ ਭਰਾ ਜਿਹੜੇ ਆ ਉਹਨਾਂ ਦੇ ਅੱਗੇ ਹੋਣਗੇ ਉਹਨਾਂ ਨੂੰ ਕਦੇ ਹੀ ਸਾਨੂੰ ਕਿਸੇ ਦੀ ਜ਼ਰੂਰਤ ਹੀ ਨਹੀਂ ਸਾਡੇ ਕੋਲ ਆਪਦੀ ਹੈਗੀ ਆ ਹਾਂ ਅਸੀਂ ਕਰਾਂਗੇ ਉਹ ਪੂਰੀ ਠੀਕ ਹੈ ਜੀ ਇਹ ਇਸ ਤਰ੍ਹਾਂ ਕੋਈ ਹੋਏਗਾ ਸਿਸਟਮ ਤਾਂ ਫੇਅ ਹੈ ਨਹੀਂ ਤਾਂ ਪਾਕਿਸਤਾਨ ਦੇ ਵਿੱਚ ਜਿੱਥੇ ਤੇ ਮੇਰਾ ਖਿਆਲ ਨਾਲ ਇਹ ਚੰਦ ਇੱਕ ਜਿਹੜੇ ਹੈ ਨਾ ਬੰਦੇ ਉਹ ਜ਼ਿੰਮੇਵਾਰਤਾ ਕਰਨਗੇ ਉਹ ਵੀ ਕੋਈ ਖਾਸ ਬੰਦੇ ਹੋਣਗੇ ਕਿ ਜਿਹੜੇ ਜ਼ਿੰਮੇਵਾਰਤਾ ਕਰਨਗੇ ਤਾਂ ਬਾਕੀ ਕਿਸਾਨ ਜਿਹੜੇ ਆ ਜਿੱਦਾਂ ਇੰਡੀਆ ਦੇ ਵਿੱਚ ਹੋ ਰਿਹਾ ਸੀ ਨਾ ਇਹ ਪਾਕਿਸਤਾਨ 'ਚ ਵੀ ਸੇਮ ਉਹੀ ਚੀਜ਼ ਹੋਣ ਵਾਲੀ ਹੈ ਇਹ ਹੋ ਜਾਏਗੀ ਠੀਕ ਹੈ ਜੀ ਇਹ ਤਾਂ ਹੁਣ ਆਪਣੀ ਆਵਾਮ ਨੂੰ ਆ ਕਿ ਆਵਾਮ ਬਾਹਰ ਨ ਇਹ ਤਾ ਹ ਚੀਜ਼ ਨੂੰ ਪਤਾਗਾ ਦੇਖੋ ਤੁਸੀਂ 2000 ਪਿਛਲੇ 2 ਸਾਲ ਦੇਖ ਲਓ ਪਹਿਲੇ ਗੰਦਮ ਦਾ ਰੇਟ ਕਿੰਨਾ ਸੀਗਾ ਜੀ ਜੀ ਸਾਡੀ ਗੰਦਮ ਵੀ ਥੱਲੇ ਆ ਗਈ 4500 ਤੋਂ 5000 ਤੇ ਆ ਗਈ 5000 ਤੇ ਆ ਗਈ ਇਸੇ ਤਰ੍ਹਾਂ ਤੁਸੀਂ ਆਪ ਦੀ ਮਕਈ ਦੇਖ ਲਓ ਤੁਸੀਂ ਚਾਵਲ ਦੀ ਫਸਲ ਤੁਸੀਂ ਦੇਖ ਲਓ ਕਿ ਸਾਡੀਆਂ ਹਰ ਚੀਜ਼ ਥੱਲੇ ਆ ਰਹੀ ਹੈ ਤੇ ਫਿਰ ਤੁਸੀਂ ਸਾਨੂੰ ਖਾਦ ਵੀ ਦਵਾਈਆਂ ਵੀ ਸਸਤੀਆਂ ਦਿਓ ਔਰ ਮੈਂ ਅੱਜ ਇੱਕ ਗਵਾਹਜਤ ਹੋਤੇ ਇੱਕ ਗੱਲ ਦੱਸਦਾ ਚਾਹੁੰਦਾ ਕਿ ਜਿੰਨੀਆਂ ਵੀ ਸੀਡ ਬਣਾਉਣ ਵਾਲੀਆਂ ਕੰਪਨੀ ਦਾ ਟੈਸਟ ਕਰਦੇ ਨਹੀਂ ਕੋਈ ਸਾਡੇ ਕੋਲ ਸਹੂਲਤ ਹੈ ਅਸੀਂ ਟਿਊਬਲ ਲਾਉਣਾ ਹੋਵੇ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਅਸੀਂ ਇਹਦੇ ਟੈਸਟ ਪੰਜ ਦੇ ਕਰਵਾ ਲਈ ਕਿ ਕਿੱਥੇ ਪਾਣੀ ਠੀਕ ਆਉਂਦਾ ਹੈਗਾ ਕਿਉਂਕਿ ਸਾਡੇ ਕੋ ਹੈ ਨਹੀਂ ਸਹੂਲਤਾਂ ਹੀ ਨਹੀਂ ਹੈ ਜ਼ਮੀਨ ਬਿਲਕੁਲ ਗਲਤ ਵਾ ਭਾਜੇ-ਭਾਜੇ ਕਈ ਡਾਕਟਰ ਵੀ ਦੇਖੇ ਆ ਇਹਦੇ ਦੱਸਦੇ ਆ ਜੀ ਫਸਲ ਨੂੰ ਤੁਸੀਂ ਐਸ ਤਰ੍ਹਾਂ ਕਰ ਲਓ ਐਸ ਤਰ੍ਹਾਂ ਕਰ ਲਓ ਉਹ ਵੀ ਸਾਡੇ ਨਾਲ ਨਿਕਲਣ ਬਾਹਰ ਹੁਣ ਕਿਉਂ ਨਹੀਂ ਨਿਕਲਦੀ ਆਵਾਂ ਹੂੰ ਠੀਕ ਹੈ ਜੀ ਇਹ ਆਵਾਂ ਬਾਹਰ ਨਿਕਲੇਗੀ ਤਾਂ ਕੁਝ ਨਾ ਕੁਝ ਹੋਏਗਾ ਵਾ ਨਾ ਇਸੇ ਤਰ੍ਹਾਂ ਹੀ ਹੋਏਗਾ ਜੋ ਹੋ ਰਿਹਾ ਹੈਗਾ ਵਾ ਠੀਕ ਹੈ ਜੀ ਤੇ ਅਖੀਰ ਹੀ ਜਿਹੜੇ ਦੇ ਸਾਦੇ ਹੋਣਗੇ ਜਿਨ੍ਹਾਂ ਕੋਈ ਪੈਸਾ ਹੋਏਗਾ ਉਹ ਆਦਾ ਸਾਰਾ ਕੁਝ ਵੇਚ-ਬਚਾ ਕੇ ਕਿਸੇ ਹੋਰ ਮੁਲਕ ਨਿਕਲ ਜਾਣਗੇ ਠੀਕ ਹੈ ਜੀ ਉਹਨਾਂ ਨੇ ਇੱਥੇ ਕੀ ਠੀਕ ਹੈ ਜੀ ਇਹ ਹੀ ਹਾਲ ਹੈ ਤੇ ਇਹੀ ਹਾਲ ਰਹਿਣਾ ਵਾ ਜਿਹਦਾ ਆਪਣੇ ਵਜ੍ਹਾ ਵਜ੍ਹਾ ਸਿਆਸਤਾਂ ਜਿਹੜੇ ਹੈਗੇ ਆ ਉਹ ਪੈਸਾ ਲੈਂਦੇ ਆ ਬਾਹਰ ਨਿਕਲ ਜਾਂਦੇ ਆ ਇਸ ਤਰ੍ਹਾਂ ਜਿਹਦੇ ਕੋਈ ਇੱਥੇ ਹੋਏਗਾ ਉਹ ਨਿਕਲ ਜਾਏਗਾ ਜਿਹਦਾ ਬਾਕੀ ਇੱਥੇ ਹੋਣਗੇ ਉਹ ਇਸ ਤਰ੍ਹਾਂ ਮਾਦੇ ਲੈਂਦੇ ਨੇ ਕਿ ਹੋਰ ਕੀ ਹੋਣਾ ਇੱਥੇ ਇਸ ਬੁਲਕ ਦੇ ਵਿੱਚ ਅੱਜ ਜਿਹੜਾ ਵੀ ਬੰਦਾ ਪਾਕਿਸਤਾਨ ਕਮਾਉਂਦਾ ਲੁੱਟ ਲੁੱਟ ਕੇ ਬਾਹਰ ਹਾਂਜੀ ਬਿਲਕੁਲ ਜੀ ਮੈਂ ਜਿੰਨੀ ਵੀ ਸਾਡੇ ਇਹ ਆਪ ਸਾਡੇ ਪਾਕਿਸਤਾਨ ਦੇ ਅੰਦਰ ਤਨਜ਼ੀਮਾਂ ਐਸੀਆਂ ਹੈ ਜਿਹਦਾ ਕਿਸਾਨ ਦੇ ਧਾਰ ਹੈ ਜੀ ਜੀ ਠੀਕ ਹੈ ਜੀ ਅਸੀਂ ਹਰ ਸੂਰਤ ਉਹਨਾਂ ਦੇ ਨਾਲ ਜਿੱਥੇ ਕਹਿਣਗੇ ਉੱਥੇ ਚੱਲਣ ਨੂੰ ਤਿਆਰ ਠੀਕ ਹੈ ਜੀ ਉਹਨਾਂ ਦੇ ਮਗਰ ਬਿਲਕੁਲ ਆਵਾਮ ਚੱਲੇਗੀ ਲੇਕਿਨ ਉਹ ਸਾਨੂੰ ਕੁਛ ਨਾ ਕੁਛ ਦੱਸਣ ਤਾਂ ਸਹੀ ਨਾ ਕੋਈ ਨਾ ਕੋਈ ਦਿਖਾਉਂ ਤਾਂ ਸਹੀ ਨਾ ਆਪਣਾ ਆਪਣਾ ਕੀ ਅਸੀਂ ਹੈ ਇਹ ਨਹੀਂ ਵੀ ਉੱਥੇ ਬੰਦ ਕਮਰੇ ਦੇ ਵਿੱਚ ਚਾਹਾਂ ਪੀ ਕੇ ਤੇ ਬਾਹਰ ਆ ਕੇ ਕਹਿ ਦੇਣ ਵੀ ਹੁਣ ਆਪਾਂ ਦੀ ਚੱਲੀਏ ਜੀ ਆਪਣੇ ਮਤਾਲਬਾਤ ਪੂਰੇ ਹੋ ਗਏ ਆ ਤੇ ਜਿਹਨੇ ਟੰਬੇ ਖਾਣੇ ਉੱਥੇ ਰੁਕ ਜਵੇ ਜੀ ਹਾਂ ਠੀਕ ਹੈ ਜੀ ਫਿਰ ਉੱਥੇ ਕੀ ਕਰਦੇ ਹੈਗੇ ਆ ਜੀ ਉਹਤੇ ਮੁxtਲੀ ਪਾਰਟੀਆਂ ਦੇ ਝੰਡੇ ਲੈ ਕੇ ਚੱਲ ਜਾਂਦੇ ਆ ਸਾਡਾ ਪਾਰਟੀਆਂ ਨਾਲ ਤੱਲਕ ਕੀ ਹੈ ਤੱਲਕ ਕੀ ਹੈ ਠੀਕ ਹੈ ਜੀ ਜਿਹੜਾ ਇਸ ਮੁਲਕ ਚ ਕੰਮ ਚੰਗਾ ਕਰੇਗਾ ਉਹ ਰਹੇਗਾ ਜਿਹੜਾ ਨਹੀਂ ਰਹੇਗਾ ਉਹ ਚਲੇ ਜਾਏਗਾ ਸਾਡਾ ਤੱਲਕ ਹੀ ਕੋਈ ਨਹੀਂ ਸਾਡੀ ਹੁਣ ਖਾ ਦੇਖ ਲਓ ਕਿੱਥੇ ਚਲ ਗਈ ਹੈ ਠੇਕੇ ਦੇਖ ਲਓ ਬਾਕੀ ਸਾਰੀ ਅਸੀਂ ਆਪਣੇ ਆਪ ਨੂੰ ਸਾਨੂੰ ਨਿਕਲਣਾ ਚਾਹੀਦਾ ਬਾਹਰ ਇਹ ਨਹੀਂ ਵੀ ਕਿ ਇਹਨੇ ਦਿੱਤੀ ਸੀ ਨਾ ਉਹ ਲੀਗ ਨੂੰ ਜੀ ਇਹਨੇ ਤਰੀਕੇ ਸਾਹਿਬ ਨੂੰ ਵੋਟ ਦਿੱਤੀ ਹੈ ਜੀ ਇਹਨੇ ਫਲਾਣੇ ਨੂੰ ਦਿੱਤੀ ਹੈ ਇਹਨੇ ਫਲਾਣ ਉਹ ਅਸੀਂ ਆਪ ਦੇ ਸਿਸਟਮ ਬਣਾ ਕੇ ਪਾਏ ਨੇ ਫਿਰ ਸਾਡੇ ਕਿਸਾਨਾਂ ਦੇ ਵਿੱਚ ਖੁਦ ਵੀ ਬਿਮਾਰੀ ਹੈਗੀ ਆ ਅਗਰ ਕੋਈ ਕਿਸਾਨ ਦੋ ਤਿੰਨ ਤਖੜੇ ਕਿਸਾਨ ਹੋ ਉਹ ਜਦੋਂ ਜਾਂਦੇ ਨਾ ਕਿਤੇ ਨਾ ਕਿਤੇ ਪਾਸੇ ਜਾ ਕੇ ਬੈਠਦੇ ਆ ਉਹਨਾਂ ਦੇ ਬੈਠਣ ਦੇ ਸਟਾਈਲ ਤੋਂ ਪਤਾ ਲੱਗ ਜਾਂਦਾ ਉਹ ਇੱਕ ਦੂਏ ਨਾਲ ਆਪੇ ਖਾਰ ਖਾਨ ਲੱਗ ਪੈਂਦੇ ਉੱਥੇ ਐਵੇਂ ਹੀ ਆ ਉਹਨਾਂ ਨੇ ਕਹ ਸਾਡੇ ਕੰਮ ਕੀ ਕਰਨੇ ਇਹ ਤਾਂ ਅੱਲਾ ਦਾ ਕੋਈ ਵਲੀ ਹੋਵੇ ਜਿਹੜਾ ਜਾਵੇ ਸਿੱਧਾ ਹੀ ਸਾਡੇ ਨਾਲ ਅਸੀਂ ਮਗਰ ਹੋਵੇ ਅੱਗੇ ਹੋਵੇ ਉਹ ਕਹਵੇ ਜੀ ਗੱਲ ਆ ਗਈ ਸਾਡੇ ਆ ਮਤਾਲਬਾਤ ਹੈ ਜੇ ਸਾਡੇ ਪੂਰੇ ਕਰਦੇ ਅਸੀਂ ਜਾਂਦੇ ਆਂ ਜੇ ਸਾਡੇ ਨਹੀਂ ਮਤਾਲਬਾਤ ਪੂਰੇ ਕਰਦੇ ਅਸੀਂ ਬੈਠੇ ਆਂ ਜੀ ਇੱਥੇ ਹੂੰ ਚੋਣ ਸਾਹਿਬ ਅਜ ਤੱਕ ਕੋਈ ਕਿਸਾਨ ਦੇ ਮਤਲਬਾ ਤੁਸੀਂ ਕਿਹਾ ਨਹੀਂ ਕਾਫੀ ਦਫਾ ਕਦੀ ਨਹੀਂ ਪੂਰੇ ਹੋਏ ਜੀ ਅਸੀਂ ਆਲੂ ਲੈ ਕੇ ਵੀ ਜਾਂਦੇ ਰਹੇ ਹਾਂ ਜੀ ਜਿਹੜੇ ਜਾ ਕੇ ਉੱਥੇ ਢੇਰੀ ਕਰ ਲੈਂਦੇ ਮਾੜ ਰੋੜ ਦੇ ਉੱਤੇ ਟੰਬੇ ਖਾਣੇ ਸੋਟੇ ਖਾਣੇ ਕਈ ਕੁਝ ਖਾਣਾ ਜਨਾ ਪਹਿਲੇ ਜੀ ਮਤਲਬਾ ਸਾਡਾ ਕੋਈ ਪੂਰਾ ਨਹੀਂ ਹੁੰਦਾ ਸੀ ਘਰ ਨੂੰ ਆ ਜੀਦਾ ਸੀ ਕਿੰਨੇ ਦਿਨ ਉੱਥੇ ਬਹਿ ਜਾਂਦੇ ਸੀ ਜੇ ਅਗਲੇ ਪਾਸੇ ਜੇ ਅਗਲੇ ਅਗਰ ਸਾਡੇ ਲੀਡਰ ਅੱਛੇ ਹੋਣਗੇ ਤੇ ਠੀਕ ਹੈ ਜੀ ਅਗਰ ਕਿਸੇ ਵੀ ਚੀਜ਼ ਦੀ ਤੁਸੀਂ ਜੰਗ ਲੈਣੀ ਹੈ ਤੁਹਾਡਾ ਲੀਡਰ ਚੰਗਾ ਤਾਂ ਤੁਸੀਂ ਲੜ ਸਕਦੇ ਆ ਅਗਰ ਤੁਹਾਡਾ ਲੀਡਰ ਨਹੀਂ ਚੰਗਾ ਹੋਗਾ ਤਾਂ ਤੁਸੀਂ ਕੁਝ ਨਹੀਂ ਕਰ ਸਕਦੇ ਆ ਠੀਕ ਹੈ ਇਹ ਦੇਖੋ ਜੀ ਅਗਰ ਆਪਾਂ 5 ਮਿੰਟ ਹੀ ਕੋਈ ਸਲਕ ਨੂੰ ਬਲਾਕ ਕਰਦੇ ਆ ਉਹਦੇ ਮੁਲਕ ਦਾ ਕਿੰਨੇ ਦਾ ਕਰੋੜਾਂ ਦਾ ਨੁਕਸਾਨ ਹੋਇਆ ਹਾਂ ਜੀ ਬਿਲਕੁਲ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਮੁਲਕ ਦਾ ਨੁਕਸਾਨ ਹੋਵੇ ਹਮ ਠੀਕ ਹੈ ਜੀ ਅਸੀਂ ਹਰਗੱਦ ਨਹੀਂ ਚਾਹੁੰਦੇ ਸਾਡੇ ਮੁਲਕ ਦਾ ਨੁਕਸਾਨ ਹੋਵੇ ਅਸੀਂ ਕਹਿੰਦੇ ਆ ਕਿ ਅਸੀਂ ਆਦੇ ਮੁਤਾਲਬਾ ਮੰਨਣ ਵਾਸਤੇ ਸਾਡੇ ਇੱਕ ਜਗ੍ਹਾ ਦਿੱਤੀ ਜਾਵੇ ਉੱਥੇ ਹੋਵੇ ਸਾਡੀ ਕਬਲੇ ਹੀ ਲਈ ਜਾਵੇ ਸਾਡੇ ਮੁਤਾਲਬਾ ਸੁਨੇ ਜਾਣ ਕਿ ਮੁਤਾਲਬਾ ਤਾਂ ਇਦਾਂ ਵਾਂ ਅਸੀਂ ਚਾਹੁੰਦੇ ਆ ਕਿ ਗਰੀਬ ਆਵਾਮ ਨੂੰ ਸਿਰਫ 1000 ਰੁਪਏ ਮੰਨ ਗੰਦਮ ਮਿਲੇ ਹਮ ਗਰੀਬ ਬੰਦੇ ਨੂੰ 1000 ਨੂੰ ਮਿਲੇ ਅਸੀਂ ਚਾਹੁੰਦੇ ਆ ਇਹਨਾਂ 50 ਰੁਪਏ ਕਿਲੋ ਮਿਲਣ ਹਮ ਕਿਸਾਨ ਇਹ ਚਾਹੁੰਦਾ ਵਾ ਲੇਕਿਨ ਕਿਸਾਨ ਚਾਹਵੇ ਤੇ ਇਸ ਵਾਸਤੇ ਕਿ ਅਗਰ ਕਿਸਾਨ ਨੂੰ ਵੀ ਸਸਤੀਆਂ ਚੀਜ਼ਾਂ ਲੱਭਣ ਬਿਲਕੁਲ ਅਗਰ ਕਿਸਾਨ ਨੂੰ ਘਰ ਹੀ ਚਾਵਲ ਜਿਹੜਾ ਹੈਗਾ ਵਾ ਉਹ 300 ਰੁਪਏ ਪੈ ਰਿਆ ਵਾ ਤੇ ਕਿਸਾਨ ਕਿਦਾਂ 50 ਰੁਪਏ ਦਾ ਦੇ ਦੇਗਾ ਸਹੀ ਹੈ ਠੀਕ ਹੈ ਜੀ ਹਰ ਚੀਜ਼ ਦਾ ਤੁਸੀਂ ਰੇਟ ਮੰਨਿਆ ਜਾਂਦਾ ਵਾ ਹਰ ਚੀਜ਼ ਦਾ ਰੇਟ ਹੁੰਦਾ ਵਾ ਸਾਡੀ ਫਸਲ ਅਸੀਂ ਅਗਾ ਕੇ 6 ਮਹੀਨੇ ਮਿਹਨਤ ਕਰਕੇ ਤੇ ਅਸੀਂ ਉੱਤੇ ਜਾ ਕੇ ਏਦਾਂ ਬੈਠੇ ਹੁੰਦੇ ਬਾਹਾਂ ਕਸ਼ਟ ਦੇਖ ਏਦਾਂ ਖਲੇ ਹੁੰਦੇ ਬੋਲੀ ਲੱਗਦੀ ਏ ਇੱਕ ਤਾਂ ਸਾਨੂੰ ਬੋਲੀ ਦੀ ਸਮਝ ਹੀ ਨਹੀਂ ਲੱਗਦੀ ਕੀ ਲਾਤਾ ਇਹਨਾਂ ਨੇ ਦੂਜਾ ਅਸੀਂ ਸੋਚੀਦਾ ਵਾ ਕਿ ਸਾਡੇ ਪਤਾ ਨਹੀਂ ਅੱਜ ਜਿਆਦਾ ਚਾਵਲ ਜਿਹੜੇ 1600 ਨੂੰ ਵਿਕੇਗੇ 1800 ਨੂੰ ਵਿਕੇ ਸੰਤ ਇਹ ਨਹੀਂ ਸਮਝ ਲੱਗਦੀ ਹੈਗੀ ਜੀ 1600 ਨੂੰ ਵਿਕੇ ਜਾਂ 1800 ਨੂੰ ਵਿਕੇ ਉਹ ਜਿਨ੍ਹਾਂ ਨੇ ਵਿਕੇ ਘਾਰਾ ਜੀ ਦਾ ਵਾ ਜੀ ਘਰ ਫਸੂਦ ਦਾ ਆ ਕੇ ਵੜੀ ਦਾ ਵਾ ਜੀ ਕੀ ਹੋਇਆ ਜੀ ਚਾਵਲ ਦੀ ਫਸਲ ਲੈ ਕੇ ਹਰ ਚੀਜ਼ ਜਿਹੜੀ ਉੱਥੇ ਬੰਦੇ ਦੀ ਰੁਕ ਜਾਂਦੀ ਹੈ। ਅਗਰ ਫਸਲ ਅੱਛੀ ਹੋਏਗੀ, ਰੇਟ ਅੱਛਾ ਹੋਏਗਾ, ਤੁਸੀਂ ਦੁਪਹਿਰ ਨੂੰ ਵੀ ਫੇਰਾ ਮਾਦਨ ਕੋ ਫਸਲ ਆ ਦੇਣਾ। ਠੀਕ ਹੈ ਜੀ। ਅਗਰ ਫਸਲ ਤੁਹਾਡੀ ਜਿਹੜੀ ਹੈਗੀ ਆ, ਫਿਰ ਫਸਲ ਵੀ ਖੁਸ਼ ਹੁੰਦੀ ਆ। ਜੇ ਫਸਲ ਨੂੰ ਕਿਹੜਾ ਮਾਦਨ ਤਾਂ ਫਸਲ ਵੀ ਖੁਸ਼ ਹੁੰਦੀ ਆ। ਠੀਕ ਹੈ ਜੀ। ਜਦੋਂ ਸਾਡੀ ਫਸਲ ਦਾ ਰੇਟ ਹੀ ਕੋਈ ਨਹੀਂ, ਸਾਨੂੰ ਪਤਾ ਵੀ ਸਾਡੀ ਫਸਲ ਅਸੀਂ ਲਾਤੀ ਅਸੀਂ ਇੰਨਾ ਖर्चा ਕਰਦਾ ਸਾਡਾ ਰੇਟ ਹੀ ਕੋਈ ਨਹੀਂ ਇਹਦਾ। ਗਵਰਨਮੈਂਟ ਕਰ ਦੇਵੇਗਾ ਇਹਨੂੰ ਕਿ ਜੀ ਤੁਹਾਡੇ ਕੋਲ ਅਸੀਂ 1600 ਨੂੰ ਲੈਣਾ ਮਾਰ। ਲੇਕਿਨ ਸਾਨੂੰ ਬਾਕੀ ਚੀਜ਼ਾਂ ਸਸਤੀਆਂ ਦੇ ਦੇ ਸਸਤੀਆਂ ਆ ਸਹੀ ਗੱਲ ਅਸੀਂ ਕਦੋਂ ਕਹਿੰਦੇ ਆ ਵੀ ਗਰੀਬ ਬੰਦਾ ਜਿਹੜਾ ਹੈਗਾ ਉਹ 4000 ਜਾਂ 5000 ਨੂੰ ਗੰਨੋਂ ਲੈ ਕੇ ਖਾਵੇ ਅਸੀਂ ਤਾਂ ਕਹਿੰਦੇ ਵੀ 1000 ਨੂੰ ਗੰਨਮ ਲੈ ਕੇ ਖਾਵੇ 500 ਨੂੰ ਗੰਨਮ ਹੋ ਜਵੇ ਉਹ ਖਾਵੇ ਲੇਕਿਨ ਸਾਡੂ ਵੀ ਸਹੂਲਤਾ ਦੇਵੇ ਨਾ ਗੌਰਮੈਂਟ ਸਹੂਲਤਾਂ ਦੇਵੇ ਸਾਨੂੰ ਕੋਈ ਸਹੂਲਤ ਨਹੀਂ ਗੌਰਮੈਂਟ ਦੇ ਰਹੀ ਤੇ ਸਮਝ ਲਓ ਵੀ ਉਹ ਜ਼ਿੰਮੇਵਾਰ ਮੈਂ ਅੱਗੇ ਤੁਹਾਨੂੰ ਦੱਸਿਆ ਇਸ ਮੁਲਕ ਨੂੰ ਜ਼ਿੰਮੇਵਾਰੀ ਚਲਾ ਰਿਹਾ ਵਾ ਜ਼ਿੰਮੇਵਾਰੀ ਚਲਾ ਰਿਹਾ ਪਰ ਲੇਕਿਨ ਸਾਡੀ ਹਕੂਮਤਾਂ ਜਿਹੜੀਆਂ ਉਹਨੇ ਵੀ ਡਾਉਨ ਕਰਦੀਆਂ ਪਈਆਂ ਮੈਂ ਅਖੇਦੋ ਇਹ ਥੋੜੇ ਦਿਨਾਂ ਦੇ ਵਿੱਚ ਜਿਹੜੇ ਆ ਗਏ ਨਾ ਜੀ ਉਹ ਆਪਣੀ ਮਧਿਮ ਨਵਾ ਸਾਹਿਬ ਨੇ ਕਿਹਾ ਜੀ ਕਿ ਮੈਂ ਗ੍ਰੀਨ ਟੈਕ ਸਕੀਮ ਸ਼ੁਰੂ ਕਰ ਦਿੱਤੀ ਜੀ ਉਹਨੇ ਇਹ ਵੀ ਗੱਲ ਕੀਤੀ ਸੀ ਮੈਂ ਸਭ ਤੋਂ ਪਹਿਲੇ ਸਾਈਵਾਲ ਤੋਂ ਸ਼ੁਰੂ ਕਰਾਂਗੀ ਹਾਂਜੀ ਹਾਂਜੀ ਸੁਣੀ ਹੋਣੀ ਤੁਸੀਂ ਖਬਰ ਸਾਨੂੰ ਸਾਈਵਾਲ ਤੇ ਕੁਛ ਲੱਭਿਆ ਨਹੀਂ ਹਲਤਾਂ ਉਹ ਕਿੱਥੇ ਹੈ ਗ੍ਰੀਨ ਟੈਕ ਉਹ ਕਿੱਥੇ ਹੈ ਅਜ਼ਰੇ ਹਾਲਾਤ ਕਿੱਥੇ ਉਹ ਖਾਦਾਂ ਸਸਤੀਆਂ ਦੇਣੀਆਂ ਸੀ ਕਿੱਥੇ ਉਹ ਦਵਾਈਆਂ ਸਸਤੀਆਂ ਦੇਣੀਆਂ ਜੀ ਕਿਸਾਨ ਕਾਰਡ ਬਣ ਗਿਆ ਤੁਹਾਡਾ ਕਿਸਾਨ ਕਾਰਡ ਦੀ ਭਾਈ ਉਹਦੇ ਮੋਬਾਈਲ ਦੇ ਉੱਪਰ ਅਸੀਂ ਕੀਤਾ ਵਾ ਉਹ ਸਾਡਾ ਕਿਸਾਨ ਉਹ ਸਾਾਨੂੰ ਮੈਸੇਜ ਨਹੀਂ ਵਾਪਸ ਆਇਆ ਜੇ ਆ ਵੀ ਜਾਣਗੇ ਸਾਨੂੰ ਉਹ ਸਾਨੂੰ ਕੁਝ ਨਹੀਂ ਲੱਭਣਾ ਉਹਦੇ ਵਿੱਚ ਕੀ ਗੇਮ ਚੱਲਣੀ ਹੈ ਮੈਂ ਤੁਹਾਨੂੰ ਉਹ ਵੀ ਗੇਮ ਦੱਸ ਦਵਾਂ ਇੱਕ ਬੰਦਾ ਤਕੜਾ ਵਾ ਸਾਡਾ ਉਹਨੇ ਆਪਦਾ ਕਿਸਾਨ ਕਾਰਡ ਬਣਾ ਲਿਆ ਜੀ ਉਹ ਕਿਸਾਨ ਕਾਰਡ ਦੇ ਉੱਤੇ ਉਹਨਾਂ ਨੇ ਦੇਣਾ 1.5 ਲੱਖ ਕਿਸਾਨ ਬਾਹਰ ਨਿਕਲੇ ਜੇ ਸਾਡਾ ਤੁਹਾਡਾ ਕੀ ਮਸ਼ਵਰਾ ਗਵਰਨਮੈਂਟ ਨੂੰ ਜ਼ਿੰਮੇਦਾਰਾਂ ਵਾਸਤੇ ਆਖਰੀ ਇਹ ਗੱਲ ਤੇ ਮੈਂ ਕਹਿੰਦਾ ਜੀ ਗੌਰਮੈਂਟ ਨੂੰ ਚਾਹੀਦਾ ਵਾ ਸਾਡੀ ਬਿਜਲੀ ਜਿਹੜੀ ਉਹ ਸਸਤੀ ਕਰੇ ਜੀ ਅੱਛਾ ਇੱਕ ਹੋ ਗਿਆ ਸਾਡੇ ਡੀਜ਼ਲ ਸਸਤਾ ਕਰੇ ਜੀ ਸਾਡੇ ਵਾਸਤੇ ਠੀਕ ਹੈ ਸਾਨੂੰ ਖਾਸ ਸਸਤੀ ਦੇਣ ਜੀ ਹੂੰ ਸਾਨੂੰ ਬੀਜ ਜਿਹੜੇ ਉਹ ਸਸਤੇ ਦੇਣ ਜੀ ਪਾਕਿਸਤਾਨ ਚ ਤਿਆਰ ਕਰਨ ਅੱਛੇ ਕਰਨ ਇਹਨਾਂ ਨੂੰ ਕਿਉਂ ਇੰਨੀ ਨਹੀਂ ਜ਼ਮੀਨਾਂ ਦਿੱਤੀਆਂ ਹੂੰ ਠੀਕ ਹੈ ਜੀ ਪੰਜਾਬ ਸੀ ਹੋ ਗਿਆ ਫਲਾਣਾ ਹੋ ਗਿਆ ਜੀ ਇਹ ਹੋ ਗਿਆ ਜੀ ਫੈਸਲਾਬਾਦ ਵਾਲੇ ਹੋ ਗਿਆ ਜੀ ਉਹ ਸਾਨੂੰ ਸਸਤੀਆਂ ਚੀਜ਼ਾਂ ਦੇਣ ਜੀ ਠੀਕ ਹੈ ਠੀਕ ਹੈ ਜੀ ਜ਼ਮੀਨਦਾਰ ਉਹ ਟੈਕਸ ਸਸਤੇ ਕਰਨ ਹੂੰ ਤੁਹਾਨੂੰ ਗ੍ਰੀਨ ਟਰੈਕਟਰ ਸਕੀਮ ਨਹੀਂ ਚਾਹੀਦੀ ਗ੍ਰੀਨ ਟੈਸਟ ਸਕੀਮ ਜਿਹੜੀ ਹੈਗੀ ਹੈ ਜੀ ਉਹ ਦੇਖੋ ਉਹਨਾਂ ਨੇ ਕਿਹਾ ਜੀ ਕਿ ਜਿਹਦੇ ਕੋਲ ਤਿੰਨ ਚਾਰ ਕਿੱਲੇ ਹੋਣਗੇ ਜੀ ਜੀ ਹੁਣ ਜੇ ਮੇਰੇ ਬਾਦ ਕੇ ਕਿੱਲ ਦੇ ਕੋਲ ਕੋਈ ਇੱਕ ਕਿੱਲਾ ਵੀ ਨਾ ਹੋਇਆ ਮੈਂ ਤਾਂ ਤਾਂ ਮਿਹਰੂਮ ਹੋ ਗਿਆ ਤੇ ਮੈਂ ਤਾਂ ਠੇਕੇ ਦੇ ਪਹਿਲੇ ਮਰੱਬਾ ਬੰਦਾ ਹੋਵਾਂ ਤੇ ਮੈਨੂੰ ਤਾਂ ਨਾ ਲੱਭਿਆ ਫੇ ਹਾਂਜੀ ਜਿਹਦੇ ਕੋਲ ਪੰਜ ਕਿੱਲੇ ਆ ਤੇ ਪੰਜਾਂ ਕਿੱਲਾਂ ਦੀ ਐਸ ਟਾਈਮ ਤੁਸੀਂ ਦੇਖ ਲੈ ਕੇ ਦੇਖ ਲਓ ਤੁਸੀਂ ਉਹ ਠੇਕੇ ਦੇ ਵੀ ਦੇ ਲਵੇ ਜਾਂ ਉਹਦਾ ਵੀ ਦੇ ਲਓ 40-50 ਲੱਖ ਤੋਂ ਤਾਂ ਘੱਟ ਕਿੱਲਾ ਹੀ ਹੈ ਨੀ ਕਿਤੇ ਵੀ ਉਹ 4-5 ਕਰੋੜ ਦੀ ਆਦੀ ਜਾਇਦਾਦ ਲਈ ਬੈਠਾ ਇੱਕ ਬੰਦਾ ਨੇ ਮਰੱਬਾ ਠੇਕੇ ਤੇ ਲੈ ਕੇ ਕਰਨ ਦਿਆ ਉਹਦੇ ਵਾਸਤੇ ਟੈਸਟ ਨਹੀਂ ਠੀਕ ਹੈ ਜੀ ਅਗਰ ਦੇਣਾ ਵਾ ਤੁਸੀਂ ਕਹੋ ਜੀ ਹਾਂ ਜੀ ਜਿਹਦਾ ਵੀ ਜ਼ਿੰਮੇਦਾਰਾ ਕਰਦਾ ਵਾ ਹੂੰ ਉਹ ਆਪਦੇ ਦੋ ਗਵਾਹ ਪਾ ਦੇ ਵੀ ਆਂ ਗਵਾਹ ਦੇ ਵੀ ਵਾਕੇ ਮੇਰੇ ਕੋ ਕਰਦਾ ਵਾ ਅਗਰ ਜਾਂ ਅਸੀਂ ਜ਼ਮੀਨ ਮੈਂ ਤੇਰੀ ਕੁਠੇ ਕਿਤੇ ਲਈ ਹੈ ਤੂੰ ਇਹ ਚੀਜ਼ ਗਵਾਹ ਦੇ ਦੇ ਕਿ ਮੇਕੋ ਮਤ ਬਾਏ ਜ਼ਿੰਮੇਦਾਰਾ ਮੈਂ ਇਹਨੂੰ ਠੇਕੇ ਦੇ ਦਿੱਤਾ ਇਹ ਹੱਕ ਦਾਦਾ ਜੀ ਟਿੱਕਦਾ ਹੈ ਹੂੰ ਦੇਖੋ ਜੀ ਕਿੰਨੇ ਵੀ ਵੱਡੇ ਜ਼ਿੰਮੇਦਾਰ ਨੇ ਨਾ ਜ਼ਿਆਦਾਤਰ ਉਹਨਾਂ ਨੇ ਠੇਕੇ ਦੇ ਦਿੱਤੀਆਂ ਨੇ ਜ਼ਮੀਨਾਂ ਦੇ ਦੇਖੋ ਜੀ ਬਿਲਕੁਲ ਉਹਨਾਂ ਨੇ ਠੇਕੇ ਦੇ ਦਿੱਤੀਆਂ ਦੂਜੇ ਨੰਬਰ ਤੇ ਖੋਦ ਗੱਲ ਤੁਸੀਂ ਦੇਖੋ ਹੁਣ ਆਲੂਆਂ ਦਾ ਮਾਮਲਾ ਆਇਆ ਸਾਨੂੰ 1200 ਰੁਪਏ ਪਰ ਕਿੱਲੇ ਤਾਂ ਠੀਕ ਹੈ ਜੀ ਤਾਂ ਉਹ ਤੁਸੀਂ ਲਾਦਾ ਸਾਹਿਬ ਤੁਹਾਡੇ ਕਿੰਨੇ ਪੈਸੇ ਬਣ ਜਾਣੇ ਆ ਹੂੰ 1200 ਰੁਪਏ ਪਰ ਕਿੱਲੇ ਦਾ ਮਾਮਲਾ ਆਇਆ ਜੀ ਤੇ ਇਹ ਗੌਰਮੇ انسان ਮੈਨੂੰ ਨਹੀਂ ਸਮਝ ਆ ਰਹੀ ਇਹ ਵੀ ਇਹ ਗਾਂ ਗਾਂ ਹਾਲਾਤ ਕੀ ਹੋਣਗੇ ਜੀ ਹੂੰ ਖਾਚੇ ਵੱਧ ਗਏ ਆ ਤੇ ਬਾਕੀ ਜਿਹੜਾ ਹੈ ਜ਼ਿੰਮੇਵਾਰੇ ਦਾ ਕੋਈ ਹਾਲਾਤ ਨਹੀਂ ਹੁੰਦੀ ਇਹਦੇ ਵਿੱਚ ਦੇਖੋ ਤੁਸੀਂ ਹੁਣ ਤੁਸੀਂ ਸ਼ਹਿਰ ਚੱਲ ਜਾਓ ਬਸਾਦ ਚੱਲ ਜਾਓ ਤੁਸੀਂ ਹੂੰ ਜਿਹੜੇ ਤਾਂ ਹੈਗੇ ਨਾ ਆਪਣੇ ਹੁਣ ਚਲੋ ਇੱਕ ਲਾਹੌਰ ਤੇ ਇੱਕ ਲਿਆਦਾ ਹੋ ਗਿਆ ਉਹਨਾਂ ਦਾ ਤਾਂ ਹੋਸ ਸਿਸਟਮ ਚੱਲਦਾ ਪਿਆ ਜਿੱਦ ਆਪਣਾ ਸਾਈਵਾਲ ਹੋ ਗਿਆ ਏਰੀਆ ਹੋ ਗਿਆ ਪਾਕਪਤਨ ਆਦਿ ਵਾਲਾ ਹੋ ਗਿਆ ਚੀਚਾਵਨ ਨਹੀਂ ਹੋ ਗਿਆ ਇਹ ਤੇ ਦੁਕਾਨਦਾਰ ਦੇਖੋ ਜਾ ਕੇ ਵਿਹਲੇ ਬੈਠੇ ਆ ਬਿਲਕੁਲ ਐਸੇ ਉਹ ਦੇਖਦੇ ਆ ਵੀ ਕਿੱਥੋਂ ਆਉਂਦਾ ਜੀ ਗੰਦਮਾ ਲੋਕਾਂ ਦੀ ਵਿਕੀਆਂ ਨਹੀਂ ਠੀਕ ਹੈ ਜੀ ਚਾਵਲ ਦੀ ਫਸਲ ਵਿਕੀ ਨਹੀਂ ਮੱਕੀ ਵਿਕੀ ਨਹੀਂ ਉਹ ਜ਼ਮੀਨ ਦਾ ਤਾਂ ਕੋਈ ਪੈਸੇ ਹੀ ਨਹੀਂ ਉਹਨੇ ਦੁਕਾਨਾਂ ਤੇ ਜਾ ਕੇ ਕੀ ਕਰਨਾ ਹੂੰ ਤੁਸੀਂ ਹੁਣ ਇਹ ਸੀਜ਼ਨ ਦੇ ਵਿੱਚ ਤੁਸੀਂ ਦੇਖ ਲਓ ਇਹ ਪਿਛਲੇ ਇਹ ਦੋਵਾਂ ਸਾਲਾਂ ਜੀ ਤੁਸੀਂ ਦੇਖ ਲਓ ਕਿਸੇ ਵੀ ਕੰਪਨੀ ਨੇ ਕਿੰਨੇ ਕਿ ਟੈਸਟ ਵੇਚ ਲਿਆ ਬੈਂਕਾਂ ਵਾਲੇ ਟੈਸਟ ਵਿਕਿਆ ਬੈਂਕਾਂ ਵਾਲੇ ਵੀ ਕਹੇ ਵੇਚੇ ਲੱਗਦਾ ਕਦੀ ਸੁਣਿਆ ਤੁਸੀਂ ਵੀ ਬੰਦਾ ਨਗਰ ਟੈਸਟ ਲੈ ਆਣਾ ਬੈਠਾ ਬਹੁਤ ਘੱਟ ਹੋ ਗਏ ਮੈਂ ਲਹੁੰਦਾ ਹੀ ਮਾਰਕੀ ਪੈਸੇ ਹੀ ਨਹੀਂ ਹੈ ਲੋਕ ਕਿੱਥ ਜੇ ਕਿਸੇ ਕੋ ਹਗਾ ਪਲਾਣਾ ਉਹ ਕਹਿੰਦੇ ਚਲੋ ਇਹਨੂੰ ਸਹੀ ਕਰਾ ਕੇ ਆਪਦਾ ਪੁੱਤਾ ਲਓ ਦੇਖੋ ਜੀ ਇਹ ਪਲਾਟ ਹੈ ਜੀ ਉਹ ਅਗਲਾ ਪਲਾਟ ਹੈ ਜੀ ਉਹ ਹੈ ਨੂੰ ਜੀ ਉਹ ਅੱਗੇ ਦੇਖੋ ਜੀ ਸਾਰੇ ਜਿੰਨਾ ਵੀ ਹੈ ਨਾ ਜੀ ਇਹ ਇਹ ਆਪਾਂ ਬਾਤ ਹੀ ਹੈ ਜੀ ਠੀਕ ਹੈ ਜੀ ਅੱਲਾ ਕਿਸੇ ਹੋਰ ਪਾਸੇ ਦੇ ਦੇਗਾ ਜੀ ਤੇ ਚੌਹੇ ਸਾਹਿਬ ਕਿੰਨਾ ਖਰਚਾ ਹੋਇਆ ਹੈ ਇਹ ਦੇ ਉੱਤੇ ਖਰਚਾ ਦੇਖੋ ਜੀ ਇੱਕ ਬੋਦੀ ਡੀਪੀ ਦੀ ਪਾਈ ਸੀ ਇਹਨੂੰ ਦੋ ਜੂਰੀਆਂ ਪੈ ਗਈਆਂ ਸੀਗੀਆਂ ਪਾਣੀ ਕਿਨੇ ਲਾਇਆ ਇਹ ਕੋਈ ਧਨੀਦਾਰ ਪੈਕੇਜੀ ਪਾਣੀ ਤਾਂ ਖਾਇਦਾ ਆਪਣਾ ਟੂਬ ਉੱਪਰ ਇਹ 30 40 ਕਿਲਿਆਂ ਚ ਟੂਬ ਉੱਪਰ ਹੈ ਜੀ ਪਾਣੀ ਨਹੀਂ ਆਪਾਂ ਸੁਕਣ ਦਿੱਤਾ ਪਾਣੀ ਤਾਂ ਤੁਸੀਂ ਦੇਖੋ ਹੱਲੇ ਵੀ ਬੱਤਰ ਵਿੱਚ ਆ ਗਈ ਆ ਹਮ ਠੀਕ ਹੈ ਜੀ ਪਾਣੀ ਦਾ ਕੋਈ ਇਸ਼ੂ ਨਹੀਂ ਸੀ ਇੱਥੇ ਬੀਰ ਦਾ ਕੋਈ ਇਸ਼ੂ ਨਹੀਂ ਸੀਗਾ ਹਮ 15 ਸੀ ਤੋਂ 9 ਬੀ ਲੱਗਾ ਸੀ ਠੀਕ ਹੈ ਜੀ ਕੋਈ ਹਾਈਬ੍ਰਿਡ ਵੀ ਨਹੀਂ ਲੱਗਾ ਸੀ ਹੱਲੇ ਲੱਗੇ ਨੀ ਇਹਨੂੰ ਤਕਰੀਬਨ 20 25 ਦਿਨ ਹੀ ਹੋਏ ਸੀਗੇ ਦੇ ਰੇਟ ਘਟਦਾ ਕਰਕੇ ਤੁਸੀਂ ਰੇਟ ਘਟ ਵਜਿ ਦੇਖੋ ਜੀ ਹੁਣ ਖੱਚਾ ਇਹਦੇ ਉੱਤੇ ਕਰੀ ਜਾਂਦਾ ਬਾਕੀ ਹੋਰ ਹੈਗਾ ਵਾ ਸਾਰਾ ਨਹੀਂ ਆਪਾਂ ਬਿਲਕੁਲ ਬਾਤ ਆ ਹਾਂ ਬਾਕੀ ਹੋਰ ਵੀ ਹੈਗਾ ਵਾ ਚਲੋ ਉਹ ਦੇਖ ਲਾਂਗੇ ਇੱਥੇ ਚਲੋ ਨਵੀਂ ਫਸਲ ਜਿਹੜੀ ਹੈਗੀ ਐ ਕੋਈ ਉਹ ਲਗਾ ਲਾਂਗੇ ਟਾਈਮ ਦੇ ਨਾਲ ਕਿਉਂਕਿ ਇਹਦੇ ਨਾਲ ਦੋ ਫਸਲਾਂ ਵੀ ਲੇਟ ਹੋਣੀਆਂ ਸੀਗੀਆਂ ਤੇ ਖੱਚੇ ਵੀ ਨਹੀਂ ਇਹਨੇ ਪੂਰੇ ਕਰਨੇ ਸੀਗੇ ਠੀਕ ਹੈ ਜੀ ਇਹ ਆ ਵੀ ਹੁਣ ਇਹਨੂੰ ਵਾਇਆ ਵਾ ਇਹਨੂੰ ਕਲਟੀਵੇਟ ਮਾਰੇ ਆਪਾਂ ਇਹਨੂੰ ਅੱਛੀ ਤਰ੍ਹਾਂ ਲੇਜ਼ਰ ਕਰਦੇ ਆ ਇਹਨੂੰ ਕੋਈ ਜਲਦੀ-ਛੁਲਦੀ ਪਾਉਂਦੇ ਆ ਖਾਦਾਂ ਤਾਂ ਮਹਿੰਗੀਆਂ ਬਹੁਤ ਆ ਜੀ ਇਹਨੂੰ ਟਾਈਮ ਦੇ ਨਾਲ ਜਿਹੜੀ ਹੈਗੀ ਇਹ ਤੇ ਆ ਜਿਹੜਾ 35 40 ਏਕੜ ਇਹਨਾਂ ਨੇ ਬਾਹ ਦਿੱਤੀ ਹੈ ਮੁੰਜੀ ਤੇ ਜ਼ਿਮੀਂਦਾਰ ਬਾਕੀ ਵੀ ਬਹੁਤ ਪਰੇਸ਼ਾਨ ਨੇ ਸਿਰਫ ਇਹ ਨਹੀਂ ਆਪਾਂ ਤਾਂ 33 35 ਵਾਏ ਹੈ ਨਾ ਜੀ ਲੋਕਾਂ ਨੇ ਮਰੱਭਿਆਂ ਦੇ ਹਿਸਾਬ ਨਾਲ ਬਾਹ ਦਿੱਤੇ ਹੋਏ ਆ ਠੀਕ ਹੈ ਜੀ ਮਰੱਭਿਆਂ ਦੇ ਹਿਸਾਬ ਨਾਲ ਇਹ ਵੀ ਬਾਹਤੇ ਆ ਨਰਮੇ ਵੀ ਬਾਹਤੇ ਆ ਤੇਲ ਵੀ ਲੋਕਾਂ ਦੇ ਖਿਲਾਫ ਹੋਏ ਬਾਦਸ਼ਾਹ ਦੇ ਨਾਲ ਹੋ ਗਏ ਕੁਝ ਵੈਸੇ ਨਹੀਂ ਹੋਇਆ ਉਹ ਵੀ ਬਾਤ ਹੈ ਜੀ ਇਸ ਮੁਲਕ ਦੇ ਵਿੱਚ ਸੀੜ ਹੀ ਹੈ ਨਹੀਂ ਨਾ ਕੋਈ ਕੋਈ ਚੰਗਾ ਸੀੜ ਤੋਂ ਹੋਵੇ ਨਾ ਕੋਈ